ਬਾਈ ਲੋਕੀ ਕਹਿੰਦੇ 25 ਲੱਖ ਲਾ ਕੇ ਪਿੰਡੇ ਬਿਜ਼ਨਸ ਕਰ ਲੈਂਦੇ, ਐਡੀ ਕਿਹੜੀ ਮਜਬੂਰੀ ਸੀ, ਬਾਹਰ ਕਿਉਂ ਆਏ ਹੋ? ਕਹਿੰਦਾ ਚੱਕ ਕੇ ਜ਼ਿੰਮੇਵਾਰੀ ਦਾ ਬਸਤਾ ਤੇ ਲੈ ਕੇ ਬਾਬੇ ਦਾ ਨਾਂ ਆਏ ਆ ਕਿ ਸਾਡੀ ਕਿਸਮਤ ਚ ਲਿਖਿਆ ਸੀ ਪਰਦੇਸ ਨਾਲ, ਅਸੀਂ ਤਾਂ ਆਏ ਆ। ਸਹੀ ਗੱਲ ਕਿ ਹਾਂ ਉੱਥੇ ਰਹਿ ਕੇ ਵੀ ਕੁਝ ਬਣ ਸਕਦਾ ਸੀ ਪਰ ਸਾਡੇ ਚ ਇੰਨੀ ਪੇਸ਼ੈਂਸ ਹੈ ਨਹੀਂ ਸੀ, ਉੱਥੇ ਸਿਰ ਤੇ ਮਾਂ ਬਾਪ ਸੀ, ਉੱਥੇ ਡੂ ਓਰ ਡਾਈ ਸਿਚੁਏਸ਼ਨ ਹੈ ਨਹੀਂ ਸੀ। ਸਹੀ ਗੱਲ ਹੈ ਕਿ ਦੇਸ਼ ਤਾਂ ਸਾਡਾ ਚੰਗਾ ਸੀ ਪਰ ਭਾਊ ਸਰਕਾਰਾਂ ਨੂੰ ਮਾੜਾ ਕਹਿੰਦਾ ਹੈ, ਉੱਥੇ ਪੀ ਐਚ ਡੀ ਵਾਲੇ ਵੀ ਘਰ ਬੈਠੇ ਨੇ, ਇੱਥੇ ਦਿਹਾੜੀਆਂ ਦਾ ਵੀ ਮੁੱਲ ਪੈਂਦਾ ਹੈ। ਸਹੀ ਗੱਲ ਹੈ ਵੀਰੇ। ਰਹੀ ਗੱਲ ਬਿਜ਼ਨਸ ਦੀ, ਕਹਿੰਦਾ ਅੱਜ ਬਿਜ਼ਨਸ ਕਰਨੇ ਆਉਂਦੇ ਮਿੱਤਰਾਂ ਪਰਦੇਸਾਂ ਚ ਨਾ ਦਿਹਾੜੀਆਂ ਲਾਉਂਦੇ ਮਿੱਤਰਾਂ, ਬਾਹਰ ਬੈਠਿਆਂ ਸਿਰਫ ਮਜਬੂਰੀਆਂ ਕਰਕੇ, ਨਹੀਂ ਸਾਡੇ ਦਿਲ ਕਿਹੜਾ ਚਾਹੁੰਦੇ ਮਿੱਤਰਾਂ। ਹਾਂ ਬਾਈ, ਕਿ ਸਾਡੇ ਹਿੱਸੇ ਲੋਕਾਂ ਦੇ ਤਾਨੇ ਆਏ ਤੇ ਲੋਕਾਂ ਹਿੱਸੇ ਸਿਫਤਾਂ ਆਈਆਂ, ਬਿਜ਼ਨਸ ਆਏ ਲਾਲਿਆਂ ਦੇ ਹਿੱਸੇ ਤੇ ਸਾਡੇ ਹਿੱਸੇ ਸ਼ਿਫਤਾਂ ਆਈਆਂ। ਸੱਚੀ ਗੱਲ ਹੈ ਵੀਰ। ਕਿ ਜੇ ਹਾਲੇ ਵੀ ਗੱਲਾਂ ਤੇ ਸ਼ੱਕ ਹੈ ਕੋਈ, ਤੁਸੀਂ ਹਾਲਾਤ ਜਰ ਕੇ ਵੇਖ ਲਓ, ਅਸੀਂ ਪਰਦੇਸ ਆ ਕੇ ਵੇਖ ਲਿਆ, ਤੁਸੀਂ ਬਿਜ਼ਨਸ ਕਰਕੇ ਵੇਖ ਲਓ ਬੱਲੇ, ਕਿ ਜਿਹੜੀ ਮੰਜ਼ਿਲ ਦੇ ਔਖੇ ਨੇ ਰਾਹ, ਹਾਂਜੀ ਅਸੀਂ ਉਸੇ ਹੀ ਰਾਹ ਆਏ ਆ, ਸਾਡੀ ਕਿਸਮਤ ਚ ਲਿਖਿਆ ਸੀ ਪਰਦੇਸ ਨੂੰ, ਬਸ ਅਸੀਂ ਤਾਂ ਆਏ ਆ।